So bye, hindi bye kar di. So bye bye. Love you all. हाँ जी सत श्रीकाल जी की हाल चाल तुम देख रहे हो मेरे नाल केवी सिद्धू ब्लॉग से अद्धा साढ़ा जो ब्लॉग है बड़ा खास है क्योंकि अब आप फिर एक बार शूट से आए हैं तो अभी जी प्यारी जी फैमिली है तुम मेरे बैक पर देख रहे हो तो फैमिली आई जी पठानकोट तो काजल पठानी एंड फैमिली सो सारे आप इंट्रोडक्शन भी करावे थोड़े को भी है कोई प्यारा जहा परिवार तुम भी बनना चाहते हो कोई जरूर सुपर स्टार से सू कॉल कर सकते हो डिस्क्रिप्शन से मैसेज कर सकते हो तो अभी आवेंगे थोड़े घर अपनी टीम लैके सुपर स्टार टू सीजन 2 जी टीवी पंजाबी तो अज आप आए शूट से मैं अगे आज नहीं बोली ना तो आप अब शूट से आए हैं तो सारे इंट्रोडक्शन करावे सब तो पहला तो जी सुपरस्टार रूम आप गल करावे हाँ जी सत श्रीकाल जी बस बहुत वधिया अज का शूट बहुत वधिया लग रहा बहुत वधिया लगता पिया सानू एंजॉय कराया पूरी लाइफ का मैडम तंग नहीं किया सवेरे काफी तंग किया सोटा का करो बंद दो रंग काला जा नीला एक हॉल च कोई कवि बैठा ही राजस्थान का शूट हो रहा है हॉल च कवि बैठा कहता इतने साढ़े हॉल च 10,000 बंदे 10,000 औरतां बैठी कहता 10,000 बंद तकरीबन हर बंद दूजे बंद तीजे बंद कलैक्शन मिल जानी पर 10,000 औरतों में एक भी औरत की दूजे का कलैक्शन नहीं मिल जाएगा बड़ी प्यारी मम्मी जी सत्या जी ठीक वादिया बहुत वादिया लग रहा बदल तो मैं बड़ी प्यारी फैमिली है सारे जने शूट ते होवांगे सैट ते होवांगे ते तुसी भी अपने परिवार नाल सानू कॉल कर सकते हो सब बाकी दीआं गल्लां आपां करांगे सैट ते जाके की चल रहा ते की मस्ती आ सैट दी ओह तुहानू दस्सांगे अगे सो साडे व्लॉग नाल बने रहो ते चैनल सबसक्राइब जरूर कराया करो यार इन्नी मेहनत करदे आपां इह साडा छोटा जिहा प्यारा जिहा वीर जिहड़ा इंट्रोडक्शन वास्ते विच रहि गया सी इहदी इंट्रो हुण आपां दुबारा करांगे सत श्री अकाल कैसे हो ठीक अज्ज दा शूट किवें लग रिहा बहुत चंगा लग रहा है ते बहुत मजा आ रहा एक्सपीरियंस मैं पहली बार ले रहे हैं तो बारे ना काफी गल्लां सुनियां भी तुसी बड़े एक्साइटेड हो बहुत वधिया हो इन्हां नूं मोटिवेट करदे हो
ਸਵਾਦ ਵੀ ਮੋਟੀਵੇਟ ਕਰਨਾ ਸ਼ੂਟ ਜਿਹੜਾ ਬੈਸਟ ਜ਼ਰੂਰ ਇਹ ਆ ਸਾਡੀ ਪਿਆਰੀ ਜੀ ਫੈਮਿਲੀ ਕਿੰਨੀ ਪਿਆਰੀ ਆ ਕਿ ਜਦੋਂ ਇਹਨਾਂ ਨੂੰ ਖਾਣੇ ਲਈ ਪੁੱਛਿਆ ਗਿਆ ਸਾਡਾ ਨਾਂ ਹੀ ਨਹੀਂ ਲਿਆ ਵਿੱਚ ਮੈਂ ਇਹ ਸਾਰੀ ਗਲਤੀ ਮੇਰੀ ਕਿਉਂਕਿ ਮੈਂ ਫੈਮਿਲੀ 'ਚ ਇਨਵੋਲਵ ਨਹੀਂ ਹੋਇਆ ਮੈਡਮ ਨੂੰ ਕਹਿੰਦੇ ਕਿੰਨੇ ਜਾਣੇ ਤੁਸੀਂ ਦੱਸ ਜਦਕਿ ਉਹ ਆਪਣੇ ਖੁਦ ਦੋ ਜਾਣੇ ਨੂੰ ਭੁੱਲ ਗਏ ਸਾਡੇ ਟੀਮ ਮੈਂਬਰ ਜਿਵੇਂ ਕਿ ਤੁਸੀਂ ਜਾਣਦੇ ਹੋ ਉਹ ਸਾਡੇ ਦਾਦਾ ਸੁਧੀਰ ਦਾਦਾ ਔਰ ਬੜੇ ਭਈਆ ਬੜੇ ਪਿਆਰੇ ਬੱਚੇ ਹੈ ਸਾਰੇ ਬੜੇ ਪਿਆਰੇ ਬੰਦੇ ਨੇ ਸਾਰੇ ਜੀ ਬੜੇ ਘੈਂਟ ਬੰਦੇ ਸੋ ਸਾਰੇ ਵੇਖ ਰਹੇ ਜੀ ਮੈਚ ਇਸ ਟਾਈਮ ਚੱਲ ਰਿਹਾ ਜੀ ਬ੍ਰੇਕ ਅਤੇ ਸ਼ੂਟ ਦਾ ਟਾਈਮ ਸ਼ੂਟ ਦਾ ਬ੍ਰੇਕ ਚੱਲ ਰਿਹਾ ਜੀ ਹੋ ਜੀ ਕੈਮਰਾ ਸੈਟਅਪ ਸਾਰਾ ਲੱਗਾ ਹੋਇਆ ਬਾਕੀ ਸਾਡੀ ਜਿਹੜੀ ਫੈਮਿਲੀ ਆ ਉੱਧਰ ਜਾ ਰਹੀ ਆ ਅੱਧੇ ਉਹ ਵੱਧ ਸ਼ੂਟ ਖਤਮ ਹੋ ਚੁੱਕਾ ਵਾ ਹੁਣ ਬਸ ਫਾਈਨਲ ਹੀ ਆ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੀ ਸਾਡੇ ਪ੍ਰਭਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵਿਚਾਰਾ ਸਵੇਰ ਦਾ ਗੇੜੇ ਤੇ ਗੇੜੇ ਲਾਉਂਦਾ ਇੰਨੇ ਗੇੜੇ ਲਾਤੇ ਜੀ ਮੈਂ ਹਾਰ ਕੇ ਫੜ ਕੇ ਪਾਇਆ ਯਾਰ ਬਹਿ ਜਾ ਕੀ ਤੈਨੂੰ ਕਮੀ ਕਿਹੜੀ ਗੱਲ ਦੀ ਤੰਗੀ ਹੈ ਤੂੰ ਬਹਿ ਨਹੀਂ ਗਿਆ ਆਇਰਨ ਆਇਰਨ ਦੀ ਕਮੀ ਆ ਕਿ ਬਹਿ ਨਹੀਂ ਗਿਆ ਪ੍ਰੋਟੀਨ ਜ਼ਿਆਦਾ ਨਾ ਭੱਜਾ ਹੀ ਕਰਦਾ ਭੱਜਾ ਹੀ ਕਰਦਾ ਹਾਂਜੀ ਹੁਕਮ ਕਰੋ ਹੁਕਮ ਹੋਇਆ ਵੀ ਕਿਵੇਂ ਦਾ ਰਿਹਾ ਮਾਹੌਲ ਅੱਜ ਦਾ ਮਾਹੌਲ ਅੱਜ ਦਾ ਕਿ ਸਵੇਰੇ ਉੱਠੇ ਹਾਂ ਸੁੱਖ ਨਾਲ 9 ਵਜੇ ਸਿੱਧੇ ਆ ਗਏ ਸੈੱਟ ਤੇ ਸੈੱਟ ਤੇ ਆ ਕੇ ਸਾਰਿਆਂ ਨੂੰ ਨਾਸ਼ਤਾ ਪਾਣੀ ਕਰਵਾਇਆ ਫਿਰ ਉਹਨਾਂ ਚਿਰ ਨੂੰ ਫੈਮਿਲੀ ਸਾਡੀ ਆ ਗਈ ਸੀ ਜੋ ਕਿ ਬਹੁਤ ਸਫ਼ਰ ਕਰਕੇ ਆਈ ਅੱਜ ਸਾਡੇ ਤੱਕ ਪਹੁੰਚੇ ਨੇ ਅੰਮ੍ਰਿਤਸਰ ਔਰ ਉਹਨਾਂ ਨੂੰ ਫਿਰ ਚਾਹ ਪਾਣੀ ਪਿਆਇਆ ਹੁਣ ਸੁੱਖ ਨਾਲ ਰੋਟੀ ਦਾ ਟਾਈਮ ਹੋ ਗਿਆ ਕੰਮ ਅਜੇ ਕਿਤੇ ਨਹੀਂ ਕੀਤਾ ਕੰਮ ਕੋਈ ਨਾ ਕਟਿੰਗ ਨਾ ਕਰੋ ਤੁਸੀਂ ਕਟਿੰਗ ਕਰਨੀ ਕਟਿੰਗ ਨਹੀਂ ਕਰਨੀ ਕਰਾਂਗੇ ਬਹੁਤ ਕੀ ਗੱਲਾਂ ਬਾਤਾਂ ਅੱਛਾ ਕਿੰਨੇ ਦਿਨ ਦੇ ਇੱਥੇ ਜਨੂੰ ਜੀ ਉਹ ਭਾਜੀ ਸਾਨੂੰ ਘਰੋਂ ਅਸੀਂ ਭਾਜੀ 26 ਤਰੀਕ ਦਾ ਘਰੋਂ ਨਿਕਲੇ ਜੈਪੁਰ ਗਏ ਜੈਪੁਰੋਂ ਹੋ ਗਿਆ ਆ ਗਿਆ ਮੈਂ ਜੈਪੁਰ ਗਿਆ ਸੀ ਰਾਤ ਨੂੰ ਲੁਧਿਆਣੇ ਤੋਂ 2:30 ਵਜੇ ਦੀ ਟ੍ਰੇਨ ਫੜੀ ਅੱਛਾ ਪਹਿਲਾਂ ਬੱਸ ਮਿਲੀ ਨਾ ਯਾਰ ਤੁਹਾਨੂੰ ਫਲਾਈਟ ਫਲੂਟ ਦਾ ਖਰਚਾ ਦੇ ਉਹ ਅਸੀਂ ਆਪ ਖਾ ਜਾਂਦੇ ਬੱਸ ਦੇ ਵਿੱਚ ਸਫ਼ਰ ਕਰ ਆਪਾਂ ਜਦੋਂ ਵੀ ਵਲੋਗ ਬਣਾਉਂਦੇ ਹਾਂ ਵਲੋਗ ਤੋਂ ਬਾਅਦ ਅਸੀਂ ਇਹ ਵੀ ਕਰ ਦਿੰਦੇ ਹਾਂ ਕਿ ਬਈ ਜੇ ਅਗਰ ਸੁਪਰਸਟਾਰ ਮੂੰਹ ਦੇ ਵਿੱਚ ਕੋਈ ਹਿੱਸਾ ਲੈਣਾ ਚਾਹੁੰਦਾ ਵੀ ਫੈਮਿਲੀ ਆਉਣਾ ਚਾਹੁੰਦਾ ਸੁਪਰਸਟਾਰ ਮੂੰਹ ਦੇ ਵਿੱਚ ਤੁਸੀਂ ਇਹਨਾਂ ਨੂੰ ਕਮੈਂਟ ਕਰ ਸਕਦੇ ਹੋ ਕਮੈਂਟ ਦੇ ਵਿੱਚ ਆਪਣਾ ਨੰਬਰ ਦੇ ਸਕਦੇ ਹੋ ਜਾਂ ਫਿਰ ਡਾਇਰੈਕਟਲੀ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਇਹ ਤੁਹਾਡੇ ਨਾਲ ਕੰਟੈਕਟ ਕਰਨਗੇ ਤੁਹਾਡੇ ਘਰ ਆਉਣਗੇ ਔਰ ਇਸ ਤੋਂ ਬਾਅਦ ਸਾਡੀ ਟੀਮ ਸੁਪਰਸਟਾਰ ਨੂੰ ਹੀ ਤੁਹਾਡੇ ਕੋਲ ਤੁਹਾਡੇ ਘਰ ਤੁਹਾਡੇ ਸ਼ਹਿਰ ਪਹੁੰਚਾਂਗੇ ਤੁਹਾਡੇ ਨਾਲ ਇੰਜੋਏ ਕਰਨਗੇ ਸੋ ਤੁਸੀਂ ਤੁਹਾਨੂੰ ਸਾਡੇ ਨਾਲ ਜੋ ਹੈ ਕਿਉਂਕਿ ਤੁਹਾਡੇ ਕੋਲ ਵੀ ਹੋਣਾ ਚਾਹੀਦਾ ਪਿਆਰਾ ਜਿਹਾ ਪਰਿਵਾਰ ਨੂੰ ਸੁਪਰਸਟਾਰ ਤੇ ਆ ਸਕਦੇ ਸਾਡੇ ਚੈਨਲ ਤੇ ਅਸੀਂ ਆਵਾਂਗੇ ਤੁਹਾਡੇ ਘਰ ਆਪਣੀ ਟੀਮ ਲੈ ਕੇ ਸੁਪਰਸਟਾਰ ਨੂੰ ਸੀਜ਼ਨ 2 ਖਾਣਾ ਖਾਣ ਤੇ ਚੱਲਦੇ ਆਪਾਂ ਫੈਮਿਲੀ ਦੇ ਕੋਲ ਆ ਜੀ ਸਾਡੀ ਪਿਆਰੀ ਜੀ ਫੈਮਿਲੀ ਜਿਹੜੀ ਕਿ ਸ਼ੂਟ ਛੱਡ ਕੇ ਆ ਗਈ ਹੈ ਉਹ ਕਹਿ ਰਹੇ ਸੀ ਕਿ ਥੋੜਾ ਜ਼ੋਰ ਦੀ ਬੋਲੋ ਆਪਾਂ ਕਿਹਾ ਜ਼ੋਰ ਦੀ ਬੋਲਣ ਵਾਸਤੇ ਸਾਨੂੰ ਥੋੜੀ ਜਿਹੀ એનર્ਜੀ ਚਾਹੀਦੀ ਹੈ એનર્ਜੀ ਸਾਨੂੰ ਥੋੜੀ ਬਹੁਤੇ ਪਰਸ਼ਾਦੇ ਛਕਾਓ ਪਹਿਲੇ ਫਿਰ ਸਾਡੇ ਸੇ ਮੇਰਾ ਪਤਾ ਕੀ ਆ ਕਿ ਮੇਰੇ ਸੱਸ ਦੀ ਸ਼ੂਗਰ ਵੀ ਬੜੀ ਵਧੀ ਜਾਂਦੀ ਸੀ ਕਹਿੰਦੀ ਰੋਟੀ ਨਹੀਂ ਮਿਲੀ ਰੋਟੀ ਨਹੀਂ ਮਿਲੀ ਸ਼ੂਗਰ ਵਧੀ ਜਾਂਦੀ ਸੀ ਪਹਿਲੇ ਪੇਟ ਪੂਜਾ ਫਿਰ ਕੰਨ ਦੂਜਾ ਕਈਆਂ ਦੀ ਤਾਂ ਰੋਟੀ ਰੋਟੀ ਵਗੈਰਾ ਗੱਲ ਹੀ ਥੱਲੇ ਹੋ ਗਈ ਹੈ
ਸ਼ੁਕਰ ਕਿਹਦੀ ਹੋਈ ਹੈ ਵਧੀਆ ਜਿਨ੍ਹਾਂ ਨੂੰ ਸ਼ੁਕਰ ਹੀ ਉਹ ਬੋਲੇ ਨੀ ਉਹ ਚੁੱਪ ਚਾਪ ਬੈਠੇ ਸਭ ਤੋਂ ਵੱਧ ਫਿਕਰ ਹੀ ਮੈਨੂੰ ਆ ਵੈਰੀ ਵੈਰੀ ਕਮਜ਼ੋਰ ਇਹਨੂੰ ਮੈਂ ਕਿਹਾ ਮੈਨੂੰ ਬਾਹਰ ਨਿਕਲੀ ਵਾਸ਼ਰੂਮ ਚੋਂ ਘਰ ਭਾਵੇਂ ਦੁਪਹਿਰ ਦਾ ਵੀ ਟਾਈਮ ਲੰਘ ਜਾਵੇ ਰੋਟੀ ਨਾ ਮਿਲੇ ਇੱਥੇ ਆਈਆਂ ਟੁੱਟ ਕੇ ਵੇਚ ਰੋਟੀ ਖਾ ਕੇ ਬਾਕੀ ਦਾ ਸ਼ੂਟ ਕਰਾਂਗੇ ਸ਼ੂਟ ਸਾਰਾ ਅੱਧੋ ਵੱਧ ਸ਼ੂਟ ਹੋ ਗਿਆ ਤੇ ਹੋ ਗਿਆ ਜੀ ਤੇ ਹੁਣ ਲਾਸਟ ਸ਼ੂਟ ਆਪਾਂ ਕਰਾਂਗੇ ਬਾਕੀ ਸੋ ਜਿਹੜੇ ਸ਼ਾਰਟ ਆਉਣਗੇ ਉਹ ਤੁਹਾਨੂੰ ਦਿਖਾ ਦਿੱਤੇ ਜਾਣਗੇ ਤੇ ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ ਜੋ ਵੀ ਆਪਾਂ ਸ਼ੂਟ ਕਰਾਂਗੇ ਉਹ ਸੱਚ ਕਰਦੇ ਰਵਾਂਗੇ ਮਾਡਲ ਟਾਊਨ ਵਿੱਚ ਮਰ ਗੇੜੀ ਮਾਡਲ ਟਾਊਨ ਵਿੱਚ ਮਰ ਗੇੜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸ਼ੂਟ ਹੋ ਗਿਆ ਡਨ ਸੋ ਸਾਰਿਆਂ ਨੂੰ ਪੁੱਛਾਂਗੇ ਵੀ ਕਿਵੇਂ ਦਾ ਰਿਹਾ ਔਰ ਪਰਸ ਵੀ ਕੋਈ 2000 ਤੋਂ ਥੱਲੇ ਤਾਂ ਹੈ ਨੀ ਸਿੱਧੀ ਜਿਹੜੀ ਗੱਲ ਆ ਸ਼ੂਟ ਸਾਡਾ ਖਤਮ ਹੋ ਗਿਆ ਸੋ ਬਹੁਤ ਵਧੀਆ ਸ਼ੂਟ ਰਿਹਾ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਫਸਟ ਐਕਸਪੀਰੀਅੰਸ ਰਿਹਾ ਫੈਮਿਲੀ ਦੇ ਨਾਲ ਸ਼ੂਟ ਦੇ ਉੱਤੇ ਬਹੁਤ ਵਧੀਆ ਲੱਗਿਆ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਥੈਂਕ ਯੂ ਸੋ ਮਚ ਕੇਵੀ ਸਰ ਔਰ ਮੈਂ ਲਾਸਟ ਤੇ ਇਹੀ ਕਹਾਂਗੀ ਕਿ ਇਹਨਾਂ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ ਔਰ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਜਾਣੇ ਸ਼ੇਅਰ ਕਮੈਂਟ ਲਾਈਕ ਸਾਰੇ ਜਾਣੇ ਜ਼ਰੂਰ ਕਰਿਓ ਬਹੁਤ ਸਾਰਾ ਪਿਆਰ ਕਰਿਓ ਥੈਂਕ ਯੂ ਬਟ ਕਰਨਾ ਪੜੇਗਾ ਕਿਉਂਕਿ ਅਭੀ ਸ਼ੂਟ ਖਤਮ ਹੋ ਗਿਆ ਯੂਟਿਊਬ ਕੋ ਵਲੌਗ ਕੋ ਐਂਡ ਤੱਕ ਜ਼ਰੂਰ ਦੇਖੀਏ ਸਾਰੇ ਜਾਣੇ ਏਕ ਵੀ ਸਟੈਪ ਮਿਸ ਮਤ ਕਰਨਾ ਫੁੱਲ ਮਸਤੀ ਐਂਟਰਟੇਨਮੈਂਟ ਮਿਲੇਗਾ ਆਪਕੋ ਏਕ ਏਕ ਵਰਡ ਹਮਾਰਾ ਜ਼ਬਰਦਸਤ ਚਲੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਗੁੱਡ ਬਾਏ ਸੋ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਗੁੱਡ ਬਾਏ ਜੀ ਮੈਂ ਤੁਹਾਡਾ ਆਪਣਾ ਕਹਿ ਵੀ ਸੀ ਲਵ ਯੂ ਬਾਏ ਵਰਸ਼ਾ ਜੀ ਨੇ ਵਰਸ਼ਾ ਪਾਈ ਦਿੱਤੀ ਸੋ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਸੋ ਬਾਏ ਬਾਏ ਗੁੱਡ ਕੈਮਰੇ ਤੇ ਦੱਲੋ ਨਹੀਂ ਠੀਕ ਹੈ ਸੋ ਬਾਏ ਹੁਣ ਤੂੰ ਬਾਏ ਕਰਦੇ ਸੋ ਬਾਏ ਬਾਏ ਲਵ ਯੂ ਆਲ